ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦਾ ਨਾਮ ਕੀ ਸੀ? ਅਜੀਤ ਸਿੰਘ ਤੇ ਜੁਝਾਰ ਸਿੰਘ। ਸਭ ਤੋਂ ਜ਼ਿਆਦਾ ਟਾਈਮ ਸਾਹਿਬਜ਼ਾਦਿਆਂ ਨੇ ਕਿਸ ਜਗ੍ਹਾ ਦੇ ਵਿੱਚ ਗੁਜ਼ਾਰਿਆ ਸੀ? ਅਨੰਦਪੁਰ ਸਾਹਿਬ। ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਦਾਦਾ ਜੀ ਦਾ ਕੀ ਨਾਮ? ਗੁਰੂ ਤੇਗ ਬਹਾਦਰ ਜੀ। ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਪਰਦਾਦਾ ਜੀ ਦਾ ਕੀ ਨਾਮ ਸੀ? ਦਾਦਾ ਜੀ ਦੇ ਪਿਤਾ ਦਾ? ਗੋਬਿੰਦ ਸਾਹਿਬ ਜੀ। ਬਿਲਕੁਲ ਸਹੀ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨ ਸਿੰਘ। ਲੁਧਿਆਣਾ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਉਲੀਕਿਆ ਗਿਆ ਯੂਨਾਈਟਿਡ ਸਿੱਖਸ ਵੱਲੋਂ, ਇਤਿਹਾਸ ਨਾਲ ਗਲਵਕੜੀ, ਜਿੱਥੇ ਫੈਮਲੀਜ਼ ਪਹੁੰਚੀਆਂ ਨੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ। ਕੁਝ ਧਾਰਮਿਕ ਆਗੂ ਪਹੁੰਚੇ ਨੇ ਉਸ ਦੇ ਨਾਲ ਨਾਲ, ਕੁਝ ਰਾਜਨੀਤਿਕ ਆਗੂ, ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਪ੍ਰੋਗਰਾਮ ਇੱਧਰ ਚੱਲ ਰਿਹਾ ਜਿੱਥੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ, ਔਰ ਉਸ ਦੇ ਨਾਲ ਨਾਲ ਪ੍ਰਸ਼ਨੋਤਰੀ ਦੇ ਜ਼ਰੀਏ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ। ਸੋ ਕੁਝ ਇਨਾਮ ਵੀ ਦਿੱਤੇ ਜਾ ਰਹੇ ਨੇ। ਸਾਡੇ ਦਰਮਿਆਨ ਕੁਝ ਬੱਚੇ ਮੌਜੂਦ ਨੇ, ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਨ ਦੀ ਕਿ ਇਤਿਹਾਸ ਦੇ ਬਾਰੇ ਇਹ ਬੱਚੇ ਕਿੰਨਾ ਕੁ ਜਾਣਦੇ ਨੇ, ਔਰ ਬੱਚਿਆਂ ਦਾ ਜਿਹੜਾ ਝੁਕਾਅ ਹੈ ਉਹ ਸਿੱਖ ਇਤਿਹਾਸ ਪ੍ਰਤੀ ਕਿੱਦਾਂ ਦਾ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਰਸਕਿਰਤ ਸਿੰਘ। ਸੋ ਜਿੱਦਾਂ ਇੱਥੇ ਸਿੱਖ ਇਤਿਹਾਸ ਬਾਰੇ ਦੱਸਿਆ ਜਾ ਰਿਹਾ, ਯੂਨਾਈਟਿਡ ਸਿੱਖਸ ਨੇ ਪ੍ਰੋਗਰਾਮ ਉਲੀਕਿਆ ਵਾ ਇਤਿਹਾਸ ਨਾਲ ਗਲਵਕੜੀ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਸਰ। ਸੋ ਮੈਂ ਕੁਝ ਪੁੱਛ ਸਕਦਾ ਤੁਹਾਨੂੰ ਇਤਿਹਾਸ ਬਾਰੇ? ਯੈਸ ਸਰ। ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦਾ ਨਾਮ ਕੀ ਸੀ? ਅਜੀਤ ਸਿੰਘ ਤੇ ਜੁਝਾਰ ਸਿੰਘ। ਤੁਸੀਂ ਦੂਸਰਾ ਜਿਹੜਾ ਸਵਾਲ ਉਸਦਾ ਜਵਾਬ ਦੇਣਾ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਦਾ ਕੀ ਨਾਮ? ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ। ਥਰਡ ਵਨ ਇਜ਼ ਫੋਰ ਯੂ। ਤੀਸਰਾ ਸਵਾਲ ਜਿਹੜਾ ਤੁਹਾਡੇ ਲਈ ਕਿ ਸਭ ਤੋਂ ਜ਼ਿਆਦਾ ਟਾਈਮ ਸਾਹਿਬਜ਼ਾਦਿਆਂ ਨੇ ਕਿਸ ਜਗ੍ਹਾ ਦੇ ਵਿੱਚ ਗੁਜ਼ਾਰਿਆ ਸੀ? ਅਨੰਦਪੁਰ ਸਾਹਿਬ। ਬਿਲਕੁਲ ਸਹੀ। ਇੱਕ ਸਵਾਲ ਦੁਬਾਰਾ ਤੁਹਾਡੇ ਕੋਲ ਆ ਰਿਹਾ ਕਿ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਦਾਦੀ ਜੀ ਦਾ ਕੀ ਨਾਮ? ਮਾਤਾ ਗੁਜਰੀ ਜੀ। ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਦਾਦਾ ਜੀ ਦਾ ਕੀ ਨਾਮ? ਗੁਰੂ ਤੇਗ ਬਹਾਦਰ ਜੀ। ਬਿਲਕੁਲ ਸਹੀ ਜਵਾਬ। ਸਾਹਿਬਜ਼ਾਦਿਆਂ ਦੇ ਪਿਤਾ ਜੀ ਦਾ ਕੀ ਨਾਮ? ਗੁਰੂ ਗੋਬਿੰਦ ਸਿੰਘ ਜੀ। ਤੀਜਾ ਤੁਹਾਡੇ ਲਈ ਇੱਕ ਵਾਰ ਫਿਰ ਸਵਾਲ ਹੈ ਕਿ ਜਿਹੜੇ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਪੜਦਾਦਾ ਜੀ ਸਨ ਉਹਨਾਂ ਦਾ ਕੀ ਨਾਮ ਸੀ? ਪੜਦਾਦਾ ਜੀ। ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਪਰਦਾਦਾ ਜੀ ਦਾ ਕੀ ਨਾਮ ਸੀ? ਦਾਦਾ ਜੀ ਦੇ ਪਿਤਾ? ਗੋਬਿੰਦ ਸਾਹਿਬ ਜੀ। ਬਿਲਕੁਲ ਸਹੀ। ਸੋ ਇਹ ਬੱਚੇ ਮੌਜੂਦ ਨੇ ਸਾਡੇ ਦਰਮਿਆਨ, ਇੱਕ ਵਧੀਆ ਉਪਰਾਲਾ ਹੈ ਯੂਨਾਈਟਿਡ ਸਿੱਖਸ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦਾ। ਵੈਸੇ ਤਾਂ ਇਹ ਜਿਹੜਾ ਉਪਰਾਲਾ ਹੈ, ਸਭ ਤੋਂ ਪਹਿਲਾਂ ਘਰਾਂ ਦੇ ਵਿੱਚੋਂ ਮਾਂ ਬਾਪ ਨੂੰ, ਭੈਣਾਂ ਭਰਾਵਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਘਰੋਂ ਹੀ ਇਤਿਹਾਸ ਦੇ ਨਾਲ ਜੋੜਾਂਗੇ ਤਾਂ ਸਕੂਲਾਂ ਕਾਲਜਾਂ ਦੇ ਵਿੱਚ, ਸਮਾਜ ਦੇ ਵਿੱਚ ਜਾ ਕੇ ਉਹ ਖੁਦ ਵੀ ਗਿਆਨਵਾਨ ਹੋਣਗੇ ਅਤੇ ਹੋਰਾਂ ਨੂੰ ਵੀ ਕਰਨਗੇ। ਸੋ ਇੱਕ ਵਧੀਆ ਉਪਰਾਲਾ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਸ। ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦਾ ਨਾਮ ਕੀ ਸੀ? ਅਜੀਤ ਸਿੰਘ ਤੇ ਜੁਝਾਰ ਸਿੰਘ। ਸਭ ਤੋਂ ਜ਼ਿਆਦਾ ਟਾਈਮ ਸਾਹਿਬਜ਼ਾਦਿਆਂ ਨੇ ਕਿਸ ਜਗ੍ਹਾ ਦੇ ਵਿੱਚ ਗੁਜ਼ਾਰਿਆ ਸੀ? ਅਨੰਦਪੁਰ ਸਾਹਿਬ। ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਦਾਦਾ ਜੀ ਦਾ ਕੀ ਨਾਮ? ਗੁਰੂ ਤੇਗ ਬਹਾਦਰ ਜੀ। ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਪਰਦਾਦਾ ਜੀ ਦਾ ਕੀ ਨਾਮ ਸੀ? ਦਾਦਾ ਜੀ ਦੇ ਪਿਤਾ? ਗੋਬਿੰਦ ਸਾਹਿਬ ਜੀ। ਬਿਲਕੁਲ ਸਹੀ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨ ਸਿੰਘ। ਲੁਧਿਆਣਾ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਉਲੀਕਿਆ ਗਿਆ ਯੂਨਾਈਟਿਡ ਸਿੱਖਸ ਵੱਲੋਂ, ਇਤਿਹਾਸ ਨਾਲ ਗਲਵਕੜੀ, ਜਿੱਥੇ ਫੈਮਲੀਜ਼ ਪਹੁੰਚੀਆਂ ਨੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ। ਕੁਝ ਧਾਰਮਿਕ ਆਗੂ ਪਹੁੰਚੇ ਨੇ ਉਸ ਦੇ ਨਾਲ ਨਾਲ, ਕੁਝ ਰਾਜਨੀਤਿਕ ਆਗੂ, ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ। ਸੋ ਤੁਸੀਂ ਵੇਖ ਸਕਦੇ ਹੋ ਕਿ ਪ੍ਰੋਗਰਾਮ ਇੱਧਰ ਚੱਲ ਰਿਹਾ ਜਿੱਥੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ, ਔਰ ਉਸ ਦੇ ਨਾਲ ਨਾਲ ਪ੍ਰਸ਼ਨੋਤਰੀ ਦੇ ਜ਼ਰੀਏ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ। ਸੋ ਕੁਝ ਇਨਾਮ ਵੀ ਦਿੱਤੇ ਜਾ ਰਹੇ ਨੇ। ਸਾਡੇ ਦਰਮਿਆਨ ਕੁਝ ਬੱਚੇ ਮੌਜੂਦ ਨੇ, ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਨ ਦੀ ਕਿ ਇਤਿਹਾਸ ਦੇ ਬਾਰੇ ਇਹ ਬੱਚੇ ਕਿੰਨਾ ਕੁ ਜਾਣਦੇ ਨੇ, ਔਰ ਬੱਚਿਆਂ ਦਾ ਜਿਹੜਾ ਝੁਕਾਅ ਹੈ ਉਹ ਸਿੱਖ ਇਤਿਹਾਸ ਪ੍ਰਤੀ ਕਿੱਦਾਂ ਦਾ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਰਸਕਿਰਤ ਸਿੰਘ। ਸੋ ਜਿੱਦਾਂ ਇੱਥੇ ਸਿੱਖ ਇਤਿਹਾਸ ਬਾਰੇ ਦੱਸਿਆ ਜਾ ਰਿਹਾ, ਯੂਨਾਈਟਿਡ ਸਿੱਖਸ ਨੇ ਪ੍ਰੋਗਰਾਮ ਉਲੀਕਿਆ ਵਾ ਇਤਿਹਾਸ ਨਾਲ ਗਲਵਕੜੀ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਸਰ। ਸੋ ਮੈਂ ਕੁਝ ਪੁੱਛ ਸਕਦਾ ਤੁਹਾਨੂੰ ਇਤਿਹਾਸ ਬਾਰੇ? ਯੈਸ ਸਰ। ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦਾ ਨਾਮ ਕੀ ਸੀ? ਅਜੀਤ ਸਿੰਘ ਤੇ ਜੁਝਾਰ ਸਿੰਘ। ਤੁਸੀਂ ਦੂਸਰਾ ਜਿਹੜਾ ਸਵਾਲ ਉਸਦਾ ਜਵਾਬ ਦੇਣਾ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਦਾ ਕੀ ਨਾਮ ਸੀ? ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ। ਥਰਡ ਵਨ ਇਜ਼ ਫੋਰ ਯੂ। ਤੀਸਰਾ ਸਵਾਲ ਜਿਹੜਾ ਤੁਹਾਡੇ ਲਈ ਕਿ ਸਭ ਤੋਂ ਜ਼ਿਆਦਾ ਟਾਈਮ ਸਾਹਿਬਜ਼ਾਦਿਆਂ ਨੇ ਕਿਸ ਜਗ੍ਹਾ ਦੇ ਵਿੱਚ ਗੁਜ਼ਾਰਿਆ ਸੀ? ਅਨੰਦਪੁਰ ਸਾਹਿਬ। ਬਿਲਕੁਲ ਸਹੀ। ਇੱਕ ਸਵਾਲ ਦੁਬਾਰਾ ਤੁਹਾਡੇ ਕੋਲ ਆ ਰਿਹਾ ਕਿ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਦਾਦੀ ਜੀ ਦਾ ਕੀ ਨਾਮ? ਮਾਤਾ ਗੁਜਰੀ ਜੀ। ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੇ ਦਾਦਾ ਜੀ ਦਾ ਕੀ ਨਾਮ? ਗੁਰੂ ਤੇਗ ਬਹਾਦਰ ਜੀ। ਬਿਲਕੁਲ ਸਹੀ ਜਵਾਬ।
साहबजादियां दे पिता जी का की नाम? गुरु गोबिंद सिंह जी। तीजा तुहाडे लिए एक बार फिर सवाल है कि जेड़े उन्हां दे साहबजादियां दे परदादा जी सन उन्हां दा की नाम सी? परदादा जी। दादा जी श्री गुरु तेग बहादुर साहब। परदादा जी का की नाम सी? दादा जी दे पिता साहिब जी। बिल्कुल सही। सो ये बच्चे मौजूद ने साडे दरमियान, एक वधिया उपराला है यूनाइटेड सिक्स वालों छोटे छोटे बच्चों नू सिख इतिहास दे नाल जोड़न दा। वैसे तो यह जिहड़ा उपराला है सब तो पहला घरां दे विचों माँ बाप नू भैणां भरावां नू करना चाहिए है, क्योंकि जेकर असीं अपने बच्चों नू घरों ही इतिहास दे नाल जोड़ांगे तो स्कूलों कालजां दे विच समाज दे विच जा के वह खुद भी ज्ञानवान होणगे ते होरां नू भी करनगे। सो एक वधिया उपराला कैमरामैन सतवंत मठाड़ू दे नाल अमन सिंह, लुधियाना टाइम्स।